ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਹਿ ਦਿਲੋਂ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਗਤ ਦਾ, ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਖੜ੍ਹਾਂ। ਮੇਰੇ ਆਪਣੇ ਵਿੱਚ ਕੋਈ ਨਾ ਔਕਾਤ ਆ, ਨਾ ਮੇਰੀ ਕੋਈ ਗੁਣ ਆ ਜੋ ਮੈਂ ਇੱਥੇ ਖੜ੍ਹ ਕੇ ਆਪ ਜੀ ਨੂੰ ਦੱਸ ਸਕਾਂ। ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ, ਗੁਰੂ ਸਾਹਿਬ ਜੀ ਦੀਆਂ ਰਹਿਮਤਾਂ, ਉਹ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ। ਸੋ ਜਦੋਂ ਮੈਂ ਬਾਕੀ ਵਿਦਿਆਰਥੀਆਂ ਵਾਂਗ ਆਪਣਾ ਕੈਰੀਅਰ ਬਣਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਵਿਦੇਸ਼ ਗਿਆ, ਮੈਂ ਇਸ ਪਹਿਲਾਂ ਸਵਿਟਜ਼ਰਲੈਂਡ ਪਹੁੰਚਿਆ, ਉਸ ਤੋਂ ਬਾਅਦ ਕਿਤੇ ਵੀ ਜਾਣਾ ਇਸ ਰੂਪ ਕਰਕੇ ਉੱਥੇ ਆਪਾਂ ਨੂੰ ਕੋਈ ਜਾਣਦਾ ਨਹੀਂ, ਕੋਈ ਪਹਿਚਾਣ ਨਹੀਂ ਸੀ। ਦੂਸਰਾ ਕਾਰਨ, ਉੱਥੇ ਸਿਰਫ ਕੰਮ ਰੈਸਟੋਰੈਂਟ ਦਾ ਸੀਗਾ, ਹਰ ਥਾਂ ਮੀਟ ਸ਼ਰਾਬ, ਅਤੇ ਹੋਰ ਉੱਥੇ ਕੋਈ ਕੰਮ ਮਿਲਦਾ ਨਹੀਂ ਸੀ। ਅਖੀਰ ਮੈਨੂੰ ਉੱਥੋਂ ਸਪੇਨ ਨੂੰ ਜਾਣਾ ਪਿਆ। ਫਿਰ ਉੱਥੇ ਜਦੋਂ ਵੀ ਕੰਮ ਲੱਭਣ ਵਾਸਤੇ ਜਾਣਾ, ਤਾਂ ਪਹਿਲਾਂ ਮੈਨੂੰ ਇਹੋ ਹੀ ਜਿਹੜੀ ਮੁਸ਼ਕਿਲ ਦਰਪੇਸ਼ ਆਉਣੀ ਕਿ ਦਸਤਾਰਦਾੜੀ, ਕਿਉਂਕਿ ਇਹ ਨਹੀਂ ਕਿ ਉਹ ਆਪਾਂ ਨੂੰ ਸਿੱਖ ਕਰਕੇ ਨਹੀਂ ਰੱਖਦੇ, ਉਹ ਆਪਾਂ ਨੂੰ ਜਾਣਦੇ ਨਹੀਂ ਆ, ਉਹ ਆਪਾਂ ਨੂੰ ਬੜੇ ਅਜਨਬੀ ਜੇ ਸਮਝਦੇ ਆ, ਆਪਾਂ ਨੂੰ ਇਸਲਾਮ ਨਾਲ ਜੋੜ ਕੇ ਵੇਖਦੇ ਆ, ਜੋ ਇੱਕ ਅੱਤਵਾਦੀ ਤਸਵੀਰ ਆ ਉਸ ਰੂਪ ਵਿੱਚ ਇੱਕ ਸਿੱਖ ਨੂੰ ਵੇਖਦੇ। ਜਦੋਂ ਵੀ ਗਲੀ 'ਚ ਜਾਣਾ ਜਾਂ ਕਿਤੇ ਜਾਣਾ ਅਤੇ ਵੇਖਣਾ, ਉਹਨਾਂ ਨੇ ਬੜੇ ਤਰ੍ਹਾਂ ਦੇ ਕਈ ਵਾਰੀ ਕਮੈਂਟ ਕਰਨੇ, ਅੱਤਵਾਦੀ, ਬਿਨ ਲਾਦਿਨ, ਤਾਲਿਬਾਨ, ਇੱਦਾਂ ਦਾ। ਉਹ ਜਿਹੜਾ ਮਾਨਸਿਕ ਤੌਰ 'ਤੇ ਜਿਹੜਾ ਬੜੀ ਪਰੇਸ਼ਾਨੀ ਝੱਲਣੀ ਪਈ, ਉਹ ਚੀਜ਼ਾਂ ਕਿਸੇ ਨਾਲ ਸਾਂਝੀਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ। ਸੋ ਉਦੋਂ ਮਨ 'ਚ ਇਹ ਆਇਆ ਕਿ ਹੁਣ ਕੈਰੀਅਰ ਨਹੀਂ ਬਣਾਉਣਾ, ਪਹਿਚਾਣ ਬਣਾਉਣੀ ਆ। ਸੋ ਗੁਰੂ ਸਾਹਿਬ ਜੀ ਨੇ ਆਪੇ ਹੀ ਕਿਰਪਾ ਕਰਕੇ ਤਰਸ ਕੀਤਾ ਮਨ ਵਿੱਚ। ਉਦੋਂ ਮੈਨੂੰ ਭਾਸ਼ਾ ਵੀ ਨਹੀਂ, ਥੋੜ੍ਹੀ ਬਹੁਤੀ ਸਪੈਨਿਸ਼ ਆਉਂਦੀ ਸੀ, ਥੋੜ੍ਹੀ ਬਹੁਤੀ ਫਰੈਂਚ ਆਉਂਦੀ ਸੀ, ਕੁਛ ਇੰਗਲਿਸ਼ ਦਾ ਸਹਿਯੋਗ ਲੈ ਕੇ ਉੱਥੇ ਜਿਹੜੇ ਮੇਰੇ ਗੁਆਂਢ ਸੀਗੇ ਲੋਕਾਂ, ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਕਿ ਮੈਂ ਸਿੱਖ ਹਾਂ। ਉਹਨਾਂ ਕਹਿਣਾ ਤੂੰ ਪਾਕਿਸਤਾਨ ਤੋਂ, ਮੈਂ ਕਹਿਣਾ ਨਹੀਂ ਮੈਂ ਪੰਜਾਬ ਤੋਂ, ਉਹਨਾਂ ਕਹਿਣਾ ਉਹ ਕਿੱਥੇ, ਮੈਂ ਕਿਹਾ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਆ। ਸੋ ਇੱਦਾਂ ਹੀ ਉੱਥੇ ਜਾ ਕੇ ਥੋੜ੍ਹਾ ਬਹੁਤਾ ਜਿੰਨੀ ਕੁ ਬਾਬਾ ਜੀ ਨੇ ਕਿਰਪਾ ਕਰਨੀ, ਦੱਸਣਾ ਕਿ ਮੈਂ ਸਿੱਖ ਹਾਂ, ਮੈਂ ਦਸਤਾਰ ਕਿਉਂ ਸਜਾਉਂਦਾ ਵਾਂ, ਮੇਰੇ ਕੇਸ ਕਿਉਂ ਹਨ। ਸੋ ਇੱਦਾਂ ਕਰਦੇ ਐਸੋਸੀਏਸ਼ਨਾਂ ਤੱਕ ਪਹੁੰਚਣਾ, ਫਿਰ ਹੌਲੀ ਹੌਲੀ ਮੈਨੂੰ ਸਕੂਲ ਵਿੱਚ ਉੱਥੇ ਮੈਨੂੰ ਐਡਮਿਸ਼ਨ ਮਿਲ ਗਈ, ਕਿ ਮੈਨੂੰ ਇਹ ਲੱਗਾ ਕਿ ਇਹਨਾਂ ਲੋਕਾਂ ਨੂੰ ਜੇ ਦੱਸਣਾ ਆਪਣੇ ਬਾਰੇ, ਇਹਨਾਂ 'ਚ ਵਿਚਰਨਾ, ਤਾਂ ਤੁਹਾਨੂੰ ਭਾਸ਼ਾ ਆਉਣੀ ਜ਼ਿਆਦਾ ਜ਼ਰੂਰੀ ਆ, ਤਾਂ ਹੀ ਤੁਸੀਂ ਆਪਣਾ ਸੁਨੇਹਾ ਪਹੁੰਚਾ ਸਕਦੇ ਜੇ ਤੁਸੀਂ ਉੱਧਰ ਦੀ ਭਾਸ਼ਾ ਵਿੱਚ ਦੱਸ ਸਕਦੇ ਹੋ। ਸੋ ਉੱਥੇ ਫਿਰ ਸਕੂਲ ਵਿੱਚ ਮੈਨੂੰ ਉੱਥੇ, ਕਿਉਂਕਿ ਉੱਥੇ ਜਗ੍ਹਾ ਨਹੀਂ ਸੀਗੀ, ਉੱਥੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਚਲੋ ਜਗ੍ਹਾ ਮਿਲ ਗਈ, ਉਹਨਾਂ ਨੇ ਮੇਰੀ ਭਾਵਨਾ ਸਮਝ ਲਈ ਕਿ ਬਹੁਤ ਜ਼ਰੂਰਤ ਆ। ਉਸ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਠੀਕ 6 ਮਹੀਨਿਆਂ ਬਾਅਦ ਗੁਰੂ ਸਾਹਿਬ ਜੀ ਨੇ, ਮੈਨੂੰ ਯਾਦ ਹੈ ਕਿ ਮੈਂ ਜਦੋਂ ਸਿੱਖਦਾ ਸੀ ਸਪੈਨਿਸ਼ ਕਤਲਾਨ, ਅਤੇ ਮੈਂ ਕਈ ਵਾਰੀ ਘਰ ਫੋਨ ਕਰਨਾ ਅਤੇ ਮੰਮਾ ਨੂੰ ਕਹਿਣਾ, ਮੈਂ ਕਿਹਾ ਮੰਮੀ ਜੀ ਮਹਾਂ ਇੰਗਲਿਸ਼ ਤੋਂ ਖੜਾ ਛਡਾਇਆ ਸੀ ਅਤੇ ਆਹ ਨਵਾਂ ਹੀ ਪੰਗਾ ਪੈ ਗਿਆ ਵਾ, ਅਤੇ ਬਹੁਤ ਔਖੀ ਲੱਗਦੀ ਸੀ, ਪਰ ਇਹਨਾਂ ਦੀਆਂ ਅਸੀਸਾਂ ਸਦਕਾ ਗੁਰੂ ਸਾਹਿਬ ਜੀ ਨੇ 6 ਮਹੀਨਿਆਂ ਬਾਅਦ ਮੈਨੂੰ ਉੱਥੇ ਪੜ੍ਹਾਉਣ ਦੀ ਨੌਕਰੀ ਦੇ ਦਿੱਤੀ, ਜਿਹੜੀ ਉਸ ਸਮੇਂ ਫਿਰ ਨਾਲ ਨਾਲ ਪ੍ਰੈਜੈਂਟੇਸ਼ਨਾਂ ਸ਼ੁਰੂ ਕੀਤੀਆਂ। ਉਹਦੇ ਉਸੇ ਦੌਰਾਨ ਦੇ ਵਿੱਚ ਫਿਰ ਜਿਹੜੇ ਆਪਣੇ ਸੀਗੇ ਸਿਟੀ ਕੌਂਸਲਾਂ ਸਕੂਲਾਂ ਵਿੱਚ, ਅਤੇ ਉਸ ਸਮੇਂ ਦੇ ਨਾਲ ਨਾ ਕਾਫੀ ਹਾਲਾਤ ਜੇ ਇੱਦਾਂ ਦੇ ਸੀਗੇ ਕਿ ਕਿਸੇ ਵੀ ਸਿੱਖ ਨੂੰ ਵੇਖਦੇ ਸੀ, ਉਹਨਾਂ ਨੂੰ ਪਤਾ ਸੀ ਇਹਦੇ ਕੋਲ ਚਾਕੂ ਆ, ਅਤੇ ਉਹ ਸ਼੍ਰੀ ਸਾਹਿਬ ਲਾ ਕੇ ਲੈ ਜਾਂਦੇ ਸੀ। ਸ਼੍ਰੀ ਸਾਹਿਬ ਲਾ ਕੇ ਲੈ ਜਾਣਾ, ਅਤੇ ਉਹਨੂੰ ਇਕੱਲੀ ਸ਼੍ਰੀ ਸਾਹਿਬ ਲਾ ਕੇ ਨਹੀਂ ਲਿਆ, ਉਹਦਾ ਜੁਰਮਾਨਾ ਉਹਨਾਂ ਨੂੰ ਕਰਨਾ 900 ਯੂਰੋ। ਸੋ ਕਾਫੀ ਸਿੱਖਾਂ ਨੂੰ ਇਹ ਉਸ ਸਮੇਂ ਹਫ਼ਤੇ ਦੇ ਵਿੱਚ ਕੋਈ 10-15 ਸਿੱਖਾਂ ਦੀਆਂ ਸ਼੍ਰੀ ਸਾਹਿਬਾਂ ਲਿੱਤੀਆਂ। ਉਦੋਂ ਮੈਨੂੰ ਜਿੱਦਾਂ ਝੰਝੋੜਿਆ ਜਿਹਾ ਗਿਆ ਅੰਦਰੋਂ ਕਿ ਕੀ ਫਾਇਦਾ ਵਾ ਮੇਰੇ ਸਿੱਖ ਕਹਾਉਣ ਦਾ, ਕੀ ਫਾਇਦਾ ਮੇਰੀਆਂ, ਕੀ ਮੈਂ ਕਰੂੰਗਾ ਗੱਡੀਆਂ ਨੂੰ, ਕੋਠੀਆਂ ਨੂੰ, ਪੈਸਿਆਂ ਨੂੰ, ਜੇ ਸਾਨੂੰ ਇਹ ਤਾਜ ਬਖਸ਼ੇ, ਇਹ ਸਾਡੇ ਸਿਰਾਂ 'ਤੇ ਦਸਤਾਰ ਆ, ਸਾਡੇ ਕਕਾਰ ਆ, ਜੇ ਇਹਨਾਂ ਦਾ ਸਤਿਕਾਰ ਨਹੀਂ ਇਹਨਾਂ ਦੇਸ਼ਾਂ ਵਿੱਚ, ਸਾਡੇ ਪੈਸੇ ਕਮਾਏ ਕਿਸੇ ਵੀ ਕੰਮ ਨਹੀਂ। ਸੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਪੁਲਿਸ ਵਾਲਿਆਂ ਨਾਲ ਉਹਨਾਂ ਨਾਲ ਮੀਟਿੰਗ ਲਈ, ਬੇਨਤੀ ਕੀਤੀ। ਉਹ ਪਹਿਲਾਂ ਕਿਸੇ ਗੱਲ ਨਾਲ ਰਾਜੀ ਨਹੀਂ ਸੀ ਕਿ ਅਸੀਂ ਕਿਸੇ ਵੀ ਧਰਮਾਂ ਦਾ ਇੱਥੇ ਪ੍ਰਚਾਰ ਨਹੀਂ ਕਰਦੇ। ਸੋ ਉਹਨਾਂ ਨੂੰ ਬੇਨਤੀ ਕੀਤੀ ਕਿ ਧਰਮ ਦਾ ਪ੍ਰਚਾਰ ਨਹੀਂ ਆ, ਇੱਕ ਸਿੱਖ ਵਾਸਤੇ ਉਹਦੀ ਜਦੋਂ ਸ਼੍ਰੀ ਸਾਹਿਬ ਲੱਥ ਜਾਂਦੀ, ਉਹਦੀ ਦਸਤਾਰ ਲੱਥ ਜਾਂਦੀ ਆ, ਉਹ ਜਿੰਦਾ ਮਰਿਆ ਵਰਗਾ ਹੋ ਜਾਂਦਾ। ਸੋ ਜਿਹੜੀ ਉਹਨਾਂ ਦੀ SSP ਸੀਗੀ, ਉਹ ਵੀ ਧਾਰਮਿਕ ਹੋਣ ਕਰਕੇ ਉਹ ਭਾਵਨਾਵਾਂ ਨੂੰ ਸਮਝਦੀ। ਉਹਨਾਂ ਦਾ ਕੋਈ ਸਾਲਾਨਾ ਪ੍ਰੋਗਰਾਮ ਸੀਗਾ ਉੱਥੇ, ਫਿਰ ਉਹਨਾਂ ਨੇ ਆਪਾਂ ਨੂੰ 15 ਕੁ ਮਿੰਟ ਦਾ ਸਮਾਂ ਦਿੱਤਾ। ਸੋ 15 ਮਿੰਟਾਂ ਦੇ ਵਿੱਚ ਕਾਫੀ ਉਹਨਾਂ ਨੇ ਸਵਾਲ ਜਵਾਬ ਕੀਤੇ। ਉਹ 15 ਮਿੰਟ ਤੋਂ 1/2 ਘੰਟਾ, 1 ਘੰਟਾ, 2 ਘੰਟੇ ਚੱਲਦਾ ਰਿਹਾ ਕਿ ਸਿੱਖ ਧਰਮ ਵਿੱਚ ਔਰਤ ਦਾ ਕੀ ਸਥਾਨ ਆ, ਗੁਰਦੁਆਰੇ ਜਾ ਸਕਦੀ ਨਹੀਂ ਜਾ ਸਕਦੀ, ਫਿਰ ਜਦੋਂ ਸਾਰੇ ਸਿੰਘ ਕਿਉਂ ਸਾਰੇ, ਹੈ ਨਾ। ਸੋ ਜਦੋਂ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਿ ਕਿੱਡੀ ਵੱਡੀ ਫਿਲੋਸਫੀ ਆ, ਪਰ ਬਦਕਿਸਮਤੀ ਆ, ਥਿਊਰੀ ਬਹੁਤ ਸੋਹਣੀ ਆ, ਪ੍ਰੈਕਟੀਕਲੀ ਸਿੱਖ ਧਰਮ ਵਿੱਚ ਉਹ ਚੀਜ਼ ਨਹੀਂ ਹੈਗੀ।
ਫਿਰ ਉਹਦੇ ਨਾਲ ਜਦੋਂ ਆਪਣੀ ਉਹਨਾਂ ਦੇ ਦਿਲ ਵਿੱਚ ਇੱਕ ਸਿੱਖਾਂ ਲਈ ਭਾਵਨਾ ਨੂੰ ਸਮਝਣਾ ਸ਼ੁਰੂ ਕੀਤਾ, ਉਸੇ ਦਿਨ ਉਹਨਾਂ ਨੇ ਔਡਰ ਕਰਤੇ ਵੀ ਕਿਸੇ ਵੀ ਸਿੱਖ ਨੂੰ ਹੁਣ ਤੁਸੀਂ ਰੋਕ ਕੇ ਉਹਦੀ ਸ਼੍ਰੀ ਸਾਹਿਬ ਨਹੀਂ ਲਾਉਣੀ। ਫਿਰ ਉਹ ਇੱਦਾਂ ਚੱਲਦਾ ਸੀ, ਪਹਿਲਾਂ ਮੈਂ ਉਹਨਾਂ ਦੇ ਤਰਲੇ ਕੱਢਦਾ ਸੀ, ਫਿਰ ਉਹ ਬਾਅਦ 'ਚ ਮੇਰੇ ਤੋਂ ਟਾਈਮ ਮੰਗਦੇ ਸੀ ਵੀ ਕਿਹੜੇ ਦਿਨ ਸਾਡੇ ਕੋਲ ਦੂਜੇ ਥਾਣੇ ਵਿੱਚ ਆ ਕੇ ਤੁਸੀਂ ਪ੍ਰੈਜੈਂਟੇਸ਼ਨ ਕਰਨੀ ਆ। ਸੋ ਕਰਦਿਆਂ ਕਰਦਿਆਂ 6 ਮਹੀਨੇ ਇਹ ਜਿੱਥੇ ਵੀ ਆਪਣੇ ਸਿੱਖ ਵੱਸਦੇ ਸੀਗੇ ਉੱਥੇ ਜਾ ਕੇ ਆਪਾਂ ਪ੍ਰੈਜੈਂਟੇਸ਼ਨਾਂ ਕਰਨੀਆਂ। ਸੋ ਬਾਅਦ ਵਿੱਚ DGP ਨੇ ਆਪਾਂ ਨੂੰ ਸੱਦ ਕੇ ਉੱਥੇ ਕਿ ਤੁਸੀਂ ਹੁਣ ਸਾਰੇ ਸਟੇਟ ਦੇ ਲੈਵਲ ਦੀ ਪੁਲਿਸ ਅੱਗੇ ਤੁਸੀਂ ਸਿੱਖ ਧਰਮ ਬਾਰੇ ਦੱਸਣਾ। ਮੈਨੂੰ ਯਾਦ ਆ ਜਦੋਂ ਮੈਂ ਉੱਥੇ ਨਵਾਂ ਗਿਆ ਸੀਗਾ, ਮੈਂ ਇੱਕ ਸਿੱਖ ਕੁਲੇਸ਼ਨ ਪੇਜ਼ ਹੈਗਾ ਵਾ, ਔਰਕੁਟ ਹੁੰਦੀ ਸੀ ਫੇਸਬੁੱਕ ਨਹੀਂ, ਅਤੇ ਉੱਥੇ ਇੱਕ ਸਿੰਘ ਇੱਦਾਂ ਹੀ ਸੀਗਾ ਕਿ ਪੁਲਿਸ ਵਾਲੇ ਬੈਠੇ ਸੀਗੇ 200, ਨਿਊਯਾਰਕ ਦੀ ਪੁਲਿਸ ਸੀਗੀ, ਇੱਕ ਸਿੰਘ ਦਸਤਾਰ ਸਜਾ ਕੇ ਦੱਸ ਰਿਹਾ ਸੀ ਉਹਨਾਂ ਨੂੰ। ਮੈਨੂੰ ਬੜੀ ਵੱਡੀ ਗੱਲ ਲੱਗੀ, ਮੈਂ ਕਿਹਾ ਕਿੱਡੀ ਵੱਡੀ ਗੱਲ ਆ ਕਿ ਇੱਕ ਸਿੱਖ ਦਸਤਾਰ ਸਜਾ ਕੇ ਦੱਸ ਰਿਹਾ ਵਾ ਔਰ ਨਿਊਯਾਰਕ ਦੀ ਪੁਲਿਸ ਨੂੰ ਕਿ ਸਿੱਖ ਕੀ ਆ ਅਤੇ ਉਹਦੀ ਦਸਤਾਰ ਦੀ ਮਹੱਤਤਾ ਕੀ ਆ। ਸੋ ਮਨ 'ਚ ਚਾਰਜ ਆਉਣਾ, ਮੈਂ ਹਮੇਸ਼ਾ ਵੀ ਆਪਣੇ ਮਾਤਾ ਜੀ ਹੋਣਾ ਨਾਲ ਹਰ ਗੱਲ ਸਾਂਝੀ ਕਰਨੀ ਕਿ ਮੈਂ ਇੱਦਾਂ ਵੇਖਿਆ, ਮੇਰੇ ਮਨ 'ਚ ਇੱਦਾਂ ਵਾ, ਅਰਦਾਸ ਕਰਿਓ। ਸੋ ਗੁਰੂ ਸਾਹਿਬ ਜੀ ਨੇ ਉਹ ਸਮਾਂ ਲਿਆਂਦਾ, ਉਹ ਮੈਂ 200 ਦੀ ਤਸਵੀਰ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਸੀ, ਮਹਾਰਾਜ ਨੇ ਮੇਰੇ ਅੱਗੇ 5000 ਬਿਠਾ ਦਿੱਤੇ ਕਿ ਇਹਨਾਂ ਨੂੰ ਆਪਣੀ ਦਸਤਾਰ ਤੋਂ ਵੀ ਸਜਾ ਕੇ ਵਿਖਾ, ਜਿਹੜੀ ਮੈਂ ਅੱਜ ਤੋਂ 2-3 ਸਾਲ ਪਹਿਲਾਂ ਫੋਟੋ ਵੇਖ ਕੇ ਆਪਣੇ ਆਪ 'ਚ ਕਰਦਾ ਸੀਗਾ। ਫਿਰ ਇਸੇ ਤਰ੍ਹਾਂ ਜਿਹੜਾ ਸ਼੍ਰੀ ਸਾਹਿਬ ਦਾ ਸੀ, ਉਹ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪੇ ਹੀ ਹੱਲ ਕਰਤਾ। ਮੇਰੀ ਮਨ ਦੀ ਇਹ ਭਾਵਨਾ ਸੀ ਕਿ ਆਪਣੀ ਪਹਿਚਾਣ ਬਣੇ, ਉਹ ਕਰਦਿਆਂ ਕਰਦਿਆਂ ਸਕੂਲਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਪੁਲਿਸ ਥਾਣਿਆਂ ਵਿੱਚ ਜਾਂ ਹੋਰ ਵੀ ਜਿੰਨੇ ਸਮਾਜਿਕ ਦਾਇਰੇ ਸੀਗੇ ਉੱਥੇ ਜਾ ਕੇ ਸਿੱਖ ਧਰਮ ਬਾਰੇ ਦੱਸਣਾ, ਉਹਨਾਂ ਨੂੰ ਆਪਣੀ ਪਹਿਚਾਣ ਕਰਵਾਉਣੀ। ਉਹਦੇ ਨਾਲ ਇਹ ਸੀ ਕਿ ਜਿਹੜੀ ਸਾਡਾ ਇੱਕ ਆਪਾਂ ਨੂੰ ਇੱਕ ਅਤੇ ਆਮ ਲੋਕ ਆਪਾਂ ਨੂੰ ਜਾਣਦੇ ਨਹੀਂ, ਦੂਸਰਾ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਸੀ ਉਹ ਵੀ ਆਪਾਂ ਨੂੰ ਬੜਾ ਅਜਨਬੀ ਜਿਹਾ ਸਮਝਦੇ ਸੀਗੇ। ਸੋ ਉਹਦੇ ਨਾਲ ਕੀ ਹੋਇਆ, ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਕਿ ਉਹਨਾਂ ਦੇ ਦਿਲ 'ਚ ਬਹੁਤ ਜ਼ਿਆਦਾ ਸਤਿਕਾਰ ਰੂਪ ਵੇਖਣ ਦੇ ਪਏ ਸਿੱਖਾਂ ਨੂੰ। ਫਿਰ ਜਦੋਂ ਆਪਾਂ ਨਗਰ ਕੀਰਤਨ ਵਿੱਚ, ਜਿਹੜੀ ਉੱਥੋਂ ਦੀ SSP ਸੀਗੀ, ਉਹਨਾਂ ਨੂੰ ਸੱਦਾ ਪੱਤਰ ਦਿੱਤਾ ਕਿ ਤੁਸੀਂ ਨਗਰ ਕੀਰਤਨ ਵਿੱਚ ਆਓ। ਜਦੋਂ ਉਹਨਾਂ ਨੇ ਨਗਰ ਕੀਰਤਨ ਵਿੱਚ ਸਿੱਖ ਸੰਗਤ ਨੂੰ ਸੰਬੋਧਨ ਹੋਏ ਅਤੇ ਉਹਨਾਂ ਨੇ ਜਿਹੜੀ ਸਿੱਖ ਧਰਮ, ਜਿਹੜੀ ਸ਼੍ਰੀ ਸਾਹਿਬ ਦੀ ਗੱਲ ਸੀ ਕਿਰਪਾਨ ਦੀ, ਉਹ ਜਦੋਂ ਉਹਨਾਂ ਦੀ ਭਾਵਨਾ, ਕਿਉਂਕਿ ਹਮੇਸ਼ਾ ਮੇਰੇ ਨਾਲ ਜਿਹੜੇ ਵੀ ਥਾਣੇ ਜਾਂਦੇ ਸੀ ਉਹ ਸਮਾਂ ਕੋਸ਼ਿਸ਼ ਕਰਦੇ ਸੀ, ਚਾਹੇ ਉਹਨਾਂ ਦਾ ਅਹੁਦਾ ਕਾਫੀ ਵੱਡਾ ਸੀ, ਪਰ ਉਹਨਾਂ ਦੀ ਇੱਕ ਨਿੱਜੀ ਭਾਵਨਾ ਸੀ ਕਿ ਮੈਂ ਸਿੱਖਾਂ ਬਾਰੇ ਸਾਰੇ ਥਾਣਿਆਂ ਤੱਕ ਇਹਨਾਂ ਦਾ ਮੈਸੇਜ ਪਹੁੰਚਾ ਸਕਾਂ। ਸੋ ਉਹਨਾਂ ਨੇ ਜਦੋਂ ਸੰਗਤ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਜਿਹੜੀ ਗੱਲ ਕਹੀ ਉਹ ਮੇਰੇ ਲਈ ਅਤੇ ਸਿੱਖ ਕੌਮ ਲਈ ਬਹੁਤ ਵੱਡੀ ਸੀਗੀ ਉਸ ਸਮਾਂ ਆਪਾਂ ਜੋ ਹੰਡਾਇਆ ਉਸ ਤੋਂ ਬਾਅਦ, ਕਿਉਂਕਿ ਜਦੋਂ ਆਪਾਂ ਉੱਥੇ ਜਾਂਦੇ ਹਾਂ ਕੁਛ ਕੁ ਸਿੱਖ ਆ ਜਿਹੜੇ ਉਸ ਚੀਜ਼ ਤੋਂ ਸਹਿੰਦੇ ਕਿ ਮੈਂ ਕੁਛ ਵੀ ਹੋ ਜਾਵੇ ਮੈਂ ਗੁਰੂ ਸਾਹਿਬ ਦਾ ਜੋ ਪਾਣਾ ਉਹਦੇ ਵਿੱਚ ਰਹਿਣਾ। ਜਿਹੜੇ ਬਾਹਲੇ ਮੇਰੇ ਵਰਗੇ ਉਹ ਕਹਿੰਦੇ ਮੈਂ ਸਿੱਖੀ ਤੋਂ ਕੀ ਲੈਣਾ, ਮੈਨੂੰ ਜੁਰਮਾਨਾ ਹੋ ਗਿਆ ਇੰਨਾ ਅਤੇ ਮੈਂ ਆਪਣਾ ਵਾਲ ਕਟਾ ਕੇ ਆਪਣਾ ਕੰਮ ਕਰਾਂ। ਸੋ ਉਹਦੇ ਨਾਲ ਜਦੋਂ ਉਹਨਾਂ ਨੇ ਦੱਸ ਰਹੇ ਸੀ, ਕਹਿੰਦੀ ਕਿ ਮੈਂ 6 ਮਹੀਨੇ ਹੋ ਗਏ ਆ ਸਿੱਖ ਧਰਮ ਨੂੰ ਜਾਣਦਿਆਂ, ਗਗਨਦੀਪ ਦੇ ਨਾਲ ਪ੍ਰੈਜੈਂਟੇਸ਼ਨਾਂ ਵਿੱਚ ਜਾਂਦਿਆਂ, ਸੋ ਅੱਜ ਮੈਂ ਇਹ ਤੁਹਾਨੂੰ ਮਾਣ ਨਾਲ ਕਹਿ ਸਕਦੀ ਹਾਂ ਕਿ ਜਿਹੜਾ ਮੇਰੇ ਕੋਲ ਪਿਸਟਲ ਹੈ, ਇੱਕ ਪੁਲਿਸ ਵਾਲੇ ਕੋਲ ਪਿਸਟਲ ਹੁੰਦਾ ਵਾ ਅਤੇ ਇੱਕ ਸਿੱਖ ਕੋਲ ਕਿਰਪਾਨ ਹੁੰਦੀ ਆ, ਇੱਕ ਸਿੱਖ ਦੀ ਕਿਰਪਾਨ ਅਤੇ ਪੁਲਿਸ ਵਾਲੇ ਦਾ ਪਿਸਟਲ ਦੋਵੇਂ ਰੱਖਿਆ ਕਰਦੇ ਆ, ਪਰ ਮੈਂ ਇਹ ਚੀਜ਼ ਮਾਣ ਨਾਲ ਕਹਿੰਦੀ ਹਾਂ ਜਿਹੜੀ ਸਿੱਖ ਦੀ ਸ਼੍ਰੀ ਸਾਹਿਬ ਆ, ਜਿਹੜੀ ਸਿੱਖ ਦੀ ਕਿਰਪਾਨ ਆ, ਉਹਦਾ ਮਹੱਤਵ ਪੁਲਿਸ ਵਾਲੇ ਦੇ ਪਿਸਟਲ ਨਾਲੋਂ ਕਿਤੇ ਉੱਪਰ ਆ। ਸੋ ਉਸ ਸਮੇਂ ਇੱਕ ਸਿੱਖ ਕੌਮ ਲਈ ਕਹਿੰਦੀ ਮੇਰੇ ਵੱਲੋਂ ਹੁਣ ਤੁਸੀਂ ਚਾਹੇ ਸਿਰੇ ਉੱਤੋਂ ਦੀ ਪਾ ਕੇ ਸਾਨੂੰ ਕੋਈ ਕਿਸੇ ਨੂੰ ਕੋਈ ਤੁਹਾਡੇ ਤੋਂ ਖਤਰਾ ਨਹੀਂ ਆ। ਸੋ ਇਹ ਸਮਾਂ ਸੀ ਉਦੋਂ ਜਦੋਂ ਫਿਰ ਨਾਲ ਨਾਲ ਆਪਾਂ ਪ੍ਰੈਜੈਂਟੇਸ਼ਨ ਹੋਰ ਵੀ ਥਾਵਾਂ 'ਤੇ ਜਾ ਕੇ ਕਰਨੀਆਂ। ਸੋ 2017 ਵਿੱਚ ਮੈਂ ਕੋਈ ਆਪਣੀ ਵਡਿਆਈ ਨਹੀਂ ਦੱਸ ਰਿਹਾ, ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਉਹ ਆਪ ਜੀ ਨਾਲ ਸਾਂਝੀਆਂ ਕਰ ਰਿਹਾ, ਜੋ ਮਹਾਰਾਜ ਨੇ ਤਰਸ ਕਰਕੇ ਆਪਣੀ ਕੌਮ ਦੇ ਲਈ ਜੋ ਵੀ ਸੇਵਾ ਕਰਵਾਈ। ਸੋ ਉਸ ਤੋਂ ਬਾਅਦ ਜਦੋਂ ਉੱਥੇ ਪੁਰਸਕਾਰ ਹੁੰਦੇ ਆ ਹਰ ਦੇਸ਼ ਵਿੱਚ, ਜਿੱਦਾਂ ਇੰਡੀਆ 'ਚ ਵੀ ਹੁੰਦੇ ਆ, ਪੰਜਾਬ ਸਰਕਾਰ ਵੱਲੋਂ ਵੀ ਦਿੱਤੇ ਜਾਂਦੇ, ਜਿਹੜੀ ਉੱਥੇ ਕਤੂਨੀਆ ਸਰਕਾਰ ਉਹਨਾਂ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਵੇ ਸਮਾਜਿਕ ਦਾਇਰਿਆਂ ਦੇ, ਚਾਹੇ ਖਿਡਾਰੀ ਆ ਚਾਹੇ ਕੋਈ ਲਿਖਾਰੀ ਆ, ਕਿਸੇ ਵੀ ਦਾਇਰੇ ਵਿੱਚੋਂ ਹੋਵੇ, ਜਿਸ ਤਰ੍ਹਾਂ ਹਰ ਦੇਸ਼ ਵਿੱਚ ਹੁੰਦੇ। ਉੱਥੋਂ ਦੀਆਂ ਮੇਰੀਆਂ ਕੁਛ ਭੈਣਾਂ ਸੀ ਗੋਰੀਆਂ, ਉਹਨਾਂ ਨੇ ਆਪਣੇ ਤੌਰ 'ਤੇ ਮੇਰੀ ਫਾਈਲ ਬਣਾ ਕੇ ਉੱਥੇ ਜਦੋਂ ਆਪਣੀ ਸਾਰੇ ਆਪਾਂ ਕਾਗਜ਼ ਨਾਮਜ਼ਦ ਕਰਦੇ, ਉਹਨਾਂ ਨੇ ਆਪਣੇ ਤੌਰ 'ਤੇ ਵੀ ਗਗਨਦੀਪ ਸਿੰਘ ਨੇ ਇੰਨੇ ਸਾਲਾਂ ਵਿੱਚ ਜਿੰਨਾ ਸਮਾਜਿਕ ਕੰਮ ਕੀਤਾ ਵਾ ਕਤਲਾਨ ਭਾਸ਼ਾ ਵਿੱਚ, ਉਹਨਾਂ ਨੂੰ ਇਹ ਖੁਸ਼ੀ ਸੀ ਕਿ ਇਹ ਕੋਈ ਵੀ ਕੰਮ ਕਰਦਾ ਸਪੈਨਿਸ਼ 'ਚ ਨਹੀਂ ਕਰਦਾ, ਕਤਲਾਨ ਭਾਸ਼ਾ 'ਚ ਕਰਦਾ, ਕਿਉਂਕਿ ਉਹ ਲੋਕ ਬਹੁਤ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ। ਕਾਸ਼ ਮੇਰੇ ਮਨ 'ਚ ਹਮੇਸ਼ਾ ਚਾਅ ਰਹਿੰਦਾ ਜਿੱਦਾਂ ਕਤਲਾਨ ਲੋਕ ਕਤਲਾਨ ਭਾਸ਼ਾ ਨੂੰ ਪਿਆਰ ਕਰਦੇ ਆ, ਕਿਤੇ ਪੰਜਾਬੀਆਂ ਅੰਦਰ ਵੀ ਉਹ ਚੀਜ਼ ਜਾਗ ਕਿ ਉਹ ਵੀ ਉੱਦਾਂ ਹੀ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਨੂੰ ਪਿਆਰ ਕਰ ਸਕਣ, ਉਹ ਮਾਣ ਮਹਿਸੂਸ ਕਰ ਸਕਣ ਆਪਣੀ ਭਾਸ਼ਾ ਨੂੰ ਬੋਲ ਕੇ। ਸੋ ਜਦੋਂ ਉਹਨਾਂ ਨੇ ਆਪਣੇ ਕਾਗਜ਼ ਮੇਰੇ ਨਾਮਜ਼ਦ ਕਰਤੇ, ਮੈਨੂੰ ਕੁਛ ਵੀ ਨਹੀਂ ਸੀ ਪਤਾ। ਸੋ ਬਾਅਦ ਵਿੱਚ ਜਦੋਂ ਉਹਨਾਂ ਦਾ ਫੋਨ ਆਇਆ ਜਿਹੜਾ ਉਹਨਾਂ ਦੇ ਪ੍ਰੈਸੀਡੈਂਟ ਦਫ਼ਤਰ ਦੇ ਵਿੱਚੋਂ ਕਿ ਗਗਨਦੀਪ ਸਿੰਘ ਬਹੁਤ ਬਹੁਤ ਮੁਬਾਰਕਾਂ, ਤੁਸੀਂ ਅਵਾਰਡ ਲਈ ਸਿਲੈਕਟ ਹੋ ਗਏ ਹਾਂ,
ਮੈਂ ਬੜਾ ਹੈਰਾਨ ਸੀ ਕਿ ਕਿਹੜੇ ਵਰਡ, ਮੈਨੂੰ ਲੱਗਾ ਕਿ ਇਹਨਾਂ ਨੂੰ ਭੁਲੇਖਾ ਭੁਲੇਖਾ ਲੱਗਾ ਵਾ, ਇੱਦਾਂ ਦਾ ਕੁਛ ਨਹੀਂ, ਕਿਉਂਕਿ ਮੇਰੇ ਤਾਂ ਨਾ ਮੈਂ ਕਦੀ ਸੋਚਿਆ ਨਾ ਮੇਰੀ ਮਨ ਦੀ ਕੋਈ ਇੱਛਾ, ਅਤੇ ਮੈਨੂੰ ਆਪਣੇ ਆਪ ਨੂੰ ਲੱਗਾ ਮੈਂ ਕੀਤਾ ਵੀ ਕਿ ਜਿਹੜਾ ਮੈਨੂੰ ਅਵਾਰਡ ਮਿਲਣਾ ਮੈਂ ਤਾਂ ਆਪਣੀ ਕਮਿਊਨਿਟੀ ਲਈ ਕੰਮ ਕਰਦਾ ਜਿੱਥੇ ਮੈਨੂੰ ਲੋੜ ਮਹਿਸੂਸ ਹੁੰਦੀ। ਸੋ ਉਸ ਤੋਂ ਬਾਅਦ ਉਹ ਜਿਹੜੀ ਭੈਣ ਨੇ ਮੇਰੀ ਫਾਈਲ ਲਾਈ ਸੀ ਉਹਦਾ ਫੋਨ 10 ਮਿੰਟ ਬਾਅਦ ਫਿਰ ਆ ਗਿਆ ਵੀ ਗਗਨਦੀਪ ਤੈਨੂੰ ਫੋਨ ਆਇਆ ਦਫ਼ਤਰ ਤੋਂ? ਮੈਂ ਕਿਹਾ ਹਾਂ ਮੈਨੂੰ ਹੁਣੇ ਆਇਆ। ਕਹਿੰਦੀ ਫਿਰ ਬਹੁਤ ਵਧਾਈ ਹੋਈ ਤੂੰ ਸਿਲੈਕਟ ਹੋ ਗਿਆ। ਮੈਨੂੰ ਬੜਾ ਕੁਛ ਸਮਝ ਨਾ ਆਵੇ ਪਰ ਇੱਦਾਂ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਜੀ ਦੀਆਂ ਖੇਡਾਂ ਜਿਹੜੀਆਂ ਉਹ ਬਖਸ਼ਿਸ਼ਾਂ ਉਹ ਵਰਤ ਰਹੀਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਦੋਂ ਦਫ਼ਤਰ ਸੱਦਿਆ ਉਸ ਦੇ ਵਿੱਚ ਕੁੱਲ 1017 ਸੀਗੇ ਜਿਹੜੀਆਂ ਉੱਥੇ ਅਰਜ਼ੀਆਂ ਪਹੁੰਚੀ, ਹਰ ਤਰ੍ਹਾਂ ਦੇ ਹਰ ਖੇਤਰ ਵਿੱਚ ਲੋਕ ਆਪੋ ਆਪਣੇ ਉਸ ਪੁਰਸਕਾਰ ਨੂੰ ਹਾਸਲ ਕਰਨੀ ਆਪੋ ਆਪਣੀਆਂ ਅਰਜ਼ੀਆਂ ਉੱਥੇ ਭੇਜਦੇ ਹਨ। ਅਤੇ ਉਸ ਤੋਂ ਬਾਅਦ 1017 ਵਿੱਚੋਂ ਜੋ ਸਰਕਾਰ ਦੇ ਨੁਮਾਇੰਦੇ ਹੁੰਦੇ, ਜੱਜ ਹੁੰਦੇ, ਉਹ ਵੇਖਦੇ ਆ ਕਿ ਕਿਹੜਾ ਇਨਸਾਨ ਜੋ ਸਾਡੀਆਂ ਸ਼ਰਤਾਂ 'ਤੇ ਪੂਰਾ ਉਤਰਦਾ। ਉਹਦੇ 'ਚ ਉਹਨਾਂ ਨੇ 370 ਚੁਣੇ, 317 ਵਿੱਚੋਂ ਫਿਰ 3 ਚੁਣਦੇ ਆ ਜਿਹਨਾਂ ਨੂੰ ਉਹਨਾਂ ਨੇ ਪੁਰਸਕਾਰ ਦੇਣੇ ਹੁੰਦੇ ਤਿੰਨਾਂ ਨੂੰ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਾਂ ਨੂੰ 3 'ਚ ਲਿਆਂਦਾ। ਮੈਨੂੰ ਲੱਗਾ ਕਿ ਇੰਨਾ ਹੀ ਬਹੁਤ ਆ, ਹੁਣ 3 'ਚ ਆ ਗਏ ਆਪਾਂ। ਫਿਰ ਉਹਨਾਂ ਨੇ ਜਦੋਂ ਆਪਣੇ ਦਫ਼ਤਰੇ ਸੱਦਿਆ ਅਤੇ ਤੁਹਾਡੀ ਸਾਰੀ ਬਾਇਓਗ੍ਰਾਫੀ ਲੈਣੀ ਹੁੰਦੀ ਆ, ਤੁਹਾਡੇ ਬਾਰੇ ਜਾਣਨਾ ਹੁੰਦਾ ਵਾ, ਤੁਹਾਡਾ ਜਨਮ ਕਿੱਥੇ ਆ, ਤੁਸੀਂ ਕੀ ਕੀਤਾ, ਸਾਰੇ ਤੁਹਾਡੇ ਨਿੱਜੀ ਜੀਵਨ ਬਾਰੇ। ਉਦੋਂ ਮੇਰੇ ਮਨ 'ਚ ਇਹ ਆਇਆ ਕਿ ਇਹ ਮੈਨੂੰ ਅਵਾਰਡ ਮੈਨੂੰ ਨਹੀਂ ਮਿਲਣਾ ਚਾਹੀਦਾ, ਇਹ ਜਿਹੜੀ ਸੇਵਾ ਵਾ ਸਿੱਖ ਕੌਮ ਲਈ ਕੀਤੀ ਗਈ ਆ ਅਤੇ ਸਿੱਖ ਕੌਮ ਦੇ ਨਾਂ 'ਤੇ ਅਵਾਰਡ ਹੋਣਾ ਚਾਹੀਦਾ। ਅਤੇ ਉਹ ਮੇਰੀ ਗੱਲ ਨਾਲ ਜ਼ਿਆਦਾ ਸਹਿਮਤ ਨਹੀਂ ਸਨ। ਉਹ ਕਹਿੰਦੇ ਕਿ ਕੰਮ ਤੂੰ ਕੀਤਾ ਵਾ ਅਤੇ ਅਵਾਰਡ ਤੇਰੀ ਕੌਮ ਨੂੰ ਕਿੱਦਾਂ ਮਿਲ ਸਕਦਾ, ਅਵਾਰਡ ਤੈਨੂੰ ਹੀ ਮਿਲਣਾ ਕਿਉਂਕਿ ਕੰਮ ਤੂੰ ਕੀਤਾ। ਅਤੇ ਮੈਂ ਕਿਹਾ ਪਰ ਮੈਂ ਆਪਣੇ ਲਈ ਨਹੀਂ ਕੀਤਾ, ਮੈਂ ਉਹਨਾਂ ਲਈ ਕੀਤਾ। ਅਤੇ ਉਹ ਕਹਿੰਦੇ ਨਹੀਂ ਇੱਦਾਂ ਨਹੀਂ ਹੋਣਾ। ਅਤੇ ਮੈਨੂੰ ਉਦੋਂ ਲੱਗਾ ਕਿ ਮੈਂ ਕਿਹਾ ਫਿਰ ਤੁਸੀਂ ਆਪੇ ਹੀ ਮਰੇ ਨੇ ਫੁਰਨਾ ਲਿਆਂਦਾ ਮਨ 'ਚ। ਮੈਂ ਕਿਹਾ ਤੁਸੀਂ ਆਪਣੇ ਜਿੰਨੇ ਤੁਹਾਡੇ ਹੁਣ ਮੈਂ ਇੱਥੇ ਆਇਆ ਵਾਂ, ਤੁਹਾਡੇ ਸਾਰੇ ਬਾਹਰ ਲਿਖਿਆ ਵਾ ਕਤਲਾਨ ਗੌਰਮੈਂਟ, ਤੁਹਾਡੇ ਆਪਣੇ ਸਰਕਾਰ ਦੇ ਨਾਂ ਲਿਖੇ ਆ, ਤੁਸੀਂ ਕੰਮ ਤਾਂ ਸਾਰਾ ਤੁਸੀਂ ਕਰਦੇ ਆ, ਤੁਸੀਂ ਆਪਣੇ ਨਾਂ ਕਿਉਂ ਨਹੀਂ ਲਿਖੇ? ਉਹ ਕਹਿੰਦੇ ਪਾ ਅਸੀਂ ਆਪਣੀ ਸਰਕਾਰ ਲਈ ਕੰਮ ਕਰਦੇ ਹਾਂ। ਮਰੇ ਨੇ ਆਪੇ ਜਵਾਬ ਦਵਾ ਤਾ। ਮੈਂ ਕਿਹਾ ਜਿੱਦਾਂ ਤੁਸੀਂ ਆਪਣੀ ਸਰਕਾਰ ਲਈ ਕੰਮ ਕਰਦੇ ਆ, ਮੈਂ ਵੀ ਆਪਣੀ ਸਰਕਾਰ ਲਈ ਕੰਮ ਕਰਦਾ। ਇਸੇ ਤਰ੍ਹਾਂ ਕਰਕੇ ਉਹ ਇਸ ਚੀਜ਼ ਨਾਲ ਸਹਿਮਤ ਹੋ ਗਏ ਅਤੇ ਜਿਹੜਾ ਅਵਾਰਡ ਹੈ, ਕਿਉਂਕਿ ਮੈਨੂੂੰ ਇੱਦਾਂ ਲੱਗਦਾ ਸੀ ਗਗਨਦੀਪ ਸਿੰਘ ਮੈਂ 10 ਸਾਲ ਹੋਰ ਜੀ ਲੂੰਗਾ, 20 ਜੀ ਲੂੰਗਾ, 40 ਜੀ ਲੂੰਗਾ, ਪਰ ਮੇਰੀ ਹੈਸੀਅਤ ਖਤਮ ਹੋ ਜਾਣੀ ਆ। ਆਉਣ ਵਾਲੇ ਸਮੇਂ ਵਿੱਚ ਜਿੱਦਾਂ ਵੇਖੋ, ਅੱਜ ਤੋਂ 100 ਸਾਲ ਪਿੱਛੇ ਚੱਲ ਜਾਈਏ, ਕੈਨੇਡਾ ਵਿੱਚ ਸਿੱਖਾਂ ਦੀ ਕੀ ਪਹਿਚਾਣ ਹੋਊਗੀ? ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੋਂ ਦੀ ਸਰਕਾਰ ਚਲਾ ਰਹੇ ਆਪਣੇ ਸਿੱਖ। ਜਦੋਂ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ, ਜਿਹੜੀ ਉੱਥੋਂ ਦੀ ਸਰਕਾਰ ਆ, ਉੱਥੋਂ ਦੇ ਜਿਹੜੇ ਪੰਨਿਆਂ ਦੇ ਵਿੱਚ ਜਿਹੜਾ ਆਪਣਾ ਨਾਮ ਆ, ਉਹ ਗਗਨਦੀਪ ਸਿੰਘ ਦਾ ਨਹੀਂ ਆਊਗਾ, ਸਿੱਖ ਕੌਮ ਦਾ ਆਊਗਾ। ਇਸ ਤਰ੍ਹਾਂ ਕਰਕੇ ਜਦੋਂ ਉਹਨਾਂ ਨੇ ਆਪਾਂ ਨੂੰ ਅਵਾਰਡ ਵਿੱਚ ਹੋ ਗਿਆ ਨਾਮ ਸਿੱਖ ਕੌਮ ਦੇ, ਫਿਰ ਉਸ ਤੋਂ ਬਾਅਦ ਉਹਦੀ ਵੋਟਿੰਗ ਹੁੰਦੀ ਇੰਟਰਨੈਟ ਦੇ ਥਰੂ। ਮੈਨੂੰ ਉਦੋਂ ਇੱਦਾਂ ਲੱਗਦਾ ਸੀ ਆਪਣੇ ਮਨ ਦੀ, ਮੇਰੇ ਮਾੜੇ ਮਨ ਦੀ ਸੋਚ ਕਹਿ ਲਓ ਕਿ ਲੱਗਦਾ ਸੀ ਵੀ ਹੁਣ ਇੰਨਾ ਹੀ ਬਹੁਤ, 3 ਤੱਕ ਆ ਗਏ ਹਾਂ, ਹੁਣ ਗਾਂਹ ਗੋਰਿਆਂ ਨੇ ਆਪਾਂ ਨੂੰ ਵੋਟਾਂ ਕਿੱਥੇ ਪਾਉਣੀਆਂ? ਗੋਰਿਆਂ ਨੇ ਅਤੇ ਗੋਰਿਆਂ ਨੂੰ ਵੋਟਾਂ ਪਾਉਣੀਆਂ ਜਿਹੜੇ ਦੂਸਰੇ 2 ਹੋਣਗੇ ਉਮੀਦਵਾਰ ਉਸ ਅਵਾਰਡ ਲਈ। ਉਹ ਗੁਰੂ ਸਾਹਿਬ ਜੀ ਨੇ ਇੰਨੀ ਬਖਸ਼ਿਸ਼ ਕੀਤੀ। ਜਦੋਂ ਅਵਾਰਡ ਹੋਇਆ, ਕੁਛ ਮੇਰੇ ਵੀਰਾਂ ਭੈਣਾਂ ਨੇ ਵੀਡੀਓ ਜ਼ਰੂਰ ਵੇਖੀਆਂ ਹੋਣਗੀਆਂ, ਜਦੋਂ ਅਵਾਰਡ ਹੋਇਆ ਅਤੇ ਆਪਣੀ ਸਿੱਖ ਕੌਮ ਦੇ ਨਾਂ 'ਤੇ 52% ਵੋਟਾਂ ਸੀ ਅਤੇ ਉਹਨਾਂ ਦੋਵਾਂ ਨੂੰ 48% ਸੀਗੀਆਂ। ਸੋ ਸੋ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਨੇ ਪਹਿਲੇ ਦਿਨ ਤੋਂ ਮਨ 'ਚ ਆਪ ਖੁਦ ਹੀ ਉਹ, ਨਹੀਂ ਤਾਂ ਮੇਰਾ ਵੀ ਇਦੋਂ ਪਹਿਲਾਂ ਮਨ ਸੀ ਜਿੱਦਾਂ ਬਾਕੀ ਜਾਂਦੇ, ਮੈਂ ਵੀ ਕੈਨੇਡਾ ਚਲ ਜਾਵਾਂ, ਅਮੈਰੀਕਾ ਚਲ ਜਾਵਾਂ, ਅਤੇ ਮੈਨੂੰ ਉਦੋਂ ਲੱਗਾ ਕਿ ਮੈਂ ਹਾਲਾਤਾਂ ਨੂੰ ਮੁੱਖ ਮੋੜ ਕੇ ਆਪਣਾ ਅਤੇ ਭੱਜੂੰਗਾ, ਆਪਣਾ ਕੈਰੀਅਰ ਬਣਾ ਲੂੰਗਾ ਅਤੇ ਹੋ ਜੂਗੀ, ਪਰ ਇੱਥੇ ਲੋੜ ਆ ਕੁਛ ਕੌਮ ਲਈ ਕਰਨ ਦੀ। ਅਤੇ ਮੈਨੂੰ ਇੱਦਾਂ ਹੀ ਮਹਿਸੂਸ ਹੈ, ਮੇਰੇ ਦਾਦੇ ਬਾਬਿਆਂ ਦੀਆਂ ਜਿਹੜੀਆਂ ਕਹਾਣੀਆਂ ਵਾ ਉਹ ਹਾਲਾਤਾਂ ਨੂੰ ਮੋੜਦੇ ਰਹੇ, ਹਾਲਾਤਾਂ ਨਾਲ ਮੁੜਦੇ ਨਹੀਂ ਰਹੇ। ਸੋ ਮਨ 'ਚ ਚਾਹ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਆ, ਕੋਈ ਵੀ ਕੰਮ ਵੱਡਾ ਨਹੀਂ ਲੱਗਦਾ। ਮੈਨੂੰ ਯਾਦ, ਮੈਂ ਜਦੋਂ ਪਹਿਲੀ ਵਾਰੀ ਮੇਅਰ ਨੂੰ ਮਿਲਿਆ ਸੀ, ਮੇਰੀ ਵੱਡੀ ਬਹੁਤ ਵੱਡੀ ਗੱਲ ਸੀ ਮੇਅਰ ਨੂੰ ਮਿਲਣਾ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਸਾਰੀ ਕੈਬਨਿਟ ਦੇ ਫੋਨ ਨੰਬਰ ਮਹਾਰਾਜ ਨੇ ਦਵਾ ਤੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਾਰੇ ਮਹਾਰਾਜ ਇੱਦਾਂ ਹੀ ਮਿਲਾ ਦਿੰਦੇ ਆ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਰਹਿ ਜਾਂਦੀਆਂ, ਬਾਅਦ ਵਿੱਚ ਕੋਈ ਵੱਡੀ ਆ ਮਾਇਨੇ ਨਹੀਂ ਰੱਖਦੀਆਂ ਚੀਜ਼ਾਂ। ਮਨ 'ਚ ਚਾਹ ਜ਼ਰੂਰ ਹੋਣਾ ਚਾਹੀਦਾ ਕੁਛ ਕਰਨ ਦਾ, ਖਿੱਚ ਰੱਖਣੀ ਚਾਹੀਦੀ ਆ, ਬਾਕੀ ਮਾਪਿਆਂ ਦੀਆਂ ਅਸੀਸਾਂ ਹਮੇਸ਼ਾ ਨਾਲ ਹੋਣ, ਕਿਉਂਕਿ ਮੈਨੂੰ ਹਮੇਸ਼ਾ, ਮੈਂ ਉੱਥੇ ਜਦੋਂ ਸਮਾਂ ਕੱਢਣਾ, ਮੇਰੇ ਤੋਂ ਕਿੱਥੋਂ ਤੱਕ ਕਿ ਮੇਰੇ ਕੋਲ ਕਿਰਾਇਆ ਦੇਣ ਜੋਗੇ ਵੀ ਪੈਸੇ ਨਹੀਂ, ਕੰਮ ਨਹੀਂ ਮਿਲਦਾ ਹੁੰਦਾ, ਅਤੇ ਮੈਂ ਜਦੋਂ ਵੀ ਘਰ ਫੋਨ ਕਰਨਾ, ਇੱਕ ਮਨ 'ਚ ਚਿੰਤਾ ਹੁੰਦੀ ਸੀ ਕੰਮ ਨਹੀਂ ਮਿਲ ਰਿਹਾ, ਖਰਚੇ ਜੋਗੇ ਵੀ ਪੈਸੇ ਹੈ ਨਹੀਂ ਆ। ਅਤੇ ਮੈਨੂੰ ਮੇਰੇ ਮਾਤਾ ਜੀ ਨੇ ਹਮੇਸ਼ਾ ਇੱਕ ਗੱਲ ਕਹਿਣੀ ਕਿ ਗੁਰੂ ਸਾਹਿਬ ਜੀ ਤਿਰਿਅੰਗ ਸੰਗ ਵਰਤਣਗੇ। ਉਹ ਬਸ ਇੰਨਾ ਸ਼ਬਦ ਮੈਨੂੰ ਦੂਣਾ ਕਰ ਦਿੰਦਾ ਸੀ, ਜਿੱਦਾਂ ਮੈਂ ਡਿੱਗਿਆ ਹੁੰਦਾ ਸੀ ਅਤੇ ਮੈਨੂੰ ਇੰਨਾ ਕਿਹਾ ਗੁਰੂ ਸਾਹਿਬ ਤਿਰਿਅੰਗ ਸੰਗ ਆ, ਤੂੰ ਫਿਕਰ ਨਹੀਂ ਕਰਨਾ, ਚੜ੍ਹਦੀ ਕਲਾ 'ਚ ਰਹਿਣਾ, ਗੁਰੂ ਸਾਹਿਬ ਤਿਰਿਅੰਗ ਸੰਗ ਆ, ਅਤੇ ਉਹ ਮੈਂ ਦੂਣਾ ਹੋ ਕੇ ਫੋਨ ਕੱਟਣਾ। ਅਤੇ ਮੈਨੂੰ ਉਹਨਾਂ ਨੇ ਇਹੋ ਗੱਲ ਕਹਿਣੀ, ਜੇ ਮੇਰਾ ਪੁੱਤ ਆ ਨਾ, ਪੈਸੇ ਨਾ ਕਮਾਈ ਪਰ ਸਿੱਖੀ ਕਮਾਈ, ਹੈ ਨਾ। ਸੋ ਉਹ ਚੀਜ਼ ਹਮੇਸ਼ਾ ਮੇਰੇ ਨਾਲ ਰਹੀ, ਅਤੇ ਜਿਹਦੇ ਕਰਕੇ ਮੈਂ ਉਹ ਸਭ ਕੁਛ, ਇਹਨਾਂ ਦੀਆਂ ਅਸੀਸਾਂ ਸਦਕਾ ਅੱਜ ਮੇਰੇ ਨਾਲ ਮੇਰੇ ਮਾਤਾ ਪਿਤਾ ਜੀ ਹੋਏ, ਮੇਰੇ ਲਈ ਖੁਸ਼ੀ ਦੀ ਗੱਲ ਆ।
ਕਿਉਂਕਿ ਇਹਨਾਂ ਦੀਆਂ ਸੀਸਾਂ ਸਦਕਾ ਹੀ ਜੋ ਸਭ ਕੁਛ ਤੁਹਾਡੇ ਬੱਚੇ ਉਹਨਾਂ ਦੇ ਮਨ 'ਚ ਮੇਰੇ ਖਿਆਲ ਜੋ ਸੀ ਬਚਪਨ ਵਿੱਚ ਜੋ ਮੈਨੂੰ ਆਪਣੇ ਘਰੋਂ ਮਿਲਿਆ ਸੋ ਉਹਦੇ ਹੀ ਬਦੌਲਤ ਮੈਂ ਜੋ ਵੀ ਕਰ ਸਕਿਆ। ਸੋ ਜਿਹੜੀ ਗੱਲ ਪੰਜਾਬੀ ਭਾਸ਼ਾ ਦੀ ਆ ਇਹ ਬਹੁਤ ਜ਼ਰੂਰੀ ਕਿ ਸਾਡੇ ਅੰਦਰ ਉਹ ਚੱਲ ਸਕੇ। ਮੈਂ ਇੱਕ ਵਾਰਤਾ ਸਾਂਝਾ ਕਰਦਾ। ਉੱਥੇ ਨਾ ਇੱਕ ਸਿੰਘ ਆ, ਬਚਨ ਸਿੰਘ ਉਹਦਾ ਨਾਂ, ਵੈਸੇ ਗੋਰਾ ਵਾ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਇੱਦਾਂ ਪ੍ਰੈਜੈਂਟੇਸ਼ਨਾਂ ਕਰਨੀਆਂ ਵਿੱਚ ਉਹਨਾਂ 'ਚੋਂ ਕਈ ਗੁਰਦੁਆਰਾ ਸਾਹਿਬ ਆਉਂਦਾ ਪਏ। ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਦੁਨੀਆ 'ਚ ਮੈਂ ਕਹਿ ਸਕਦਾ ਮਾਣ ਨਾਲ, ਸਾਰੀ ਦੁਨੀਆ 'ਚ ਸਪੇਨ ਦਾ ਬਾਰਸੀਲੋਨਾ ਗੁਰਦੁਆਰਾ ਸਾਹਿਬ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਸਿੱਖ ਘੱਟ ਅਤੇ ਗੋਰੇ ਜ਼ਿਆਦਾ ਜਾਂਦੇ ਆ ਦਰਸ਼ਨ ਕਰਨ ਵਾਸਤੇ। 70% ਗੋਰੇ ਹੁੰਦੇ ਰੋਜ਼, ਇਹ ਨਹੀਂ ਕਿ ਸਿਰਫ ਐਤਵਾਰ, ਰੋਜ਼ਾਨਾ 70% ਗੋਰੇ ਹੁੰਦੇ ਅਤੇ 30% ਸਿੱਖ ਹੁੰਦੇ ਆ। ਸੋ ਇਹ ਬੜੇ ਮਾਣ ਵਾਲੀ ਗੱਲ ਆ ਕਿ ਗੋਰੇ ਜਿਹੜੇ ਉੱਥੇ ਆ ਬਹੁਤ ਜ਼ਿਆਦਾ ਸਿੱਖ ਧਰਮ ਨੂੰ ਜਾਣ ਰਹੇ ਆ, ਉਹਨਾਂ ਦੇ ਮਨ 'ਚ ਬਹੁਤ ਚਾਅ ਵਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਹੁਣ ਯੂਨੀਵਰਸਿਟੀ ਵਿੱਚ ਵੀ ਇੱਕ ਹਫ਼ਤੇ 'ਚ ਕਲਾਸ ਹੁੰਦੀ ਆ ਜੋ ਸਿੱਖ ਧਰਮ ਬਾਰੇ। ਮੈਂ ਜਦੋਂ ਵੀ ਉੱਥੇ ਦਾਖਲ ਹੁੰਦਾ ਅਤੇ ਮੇਰਾ ਸਿਰ ਝੁੱਕ ਜਾਂਦਾ ਵਾ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਅੱਗੇ ਕਿ ਇਹਨਾਂ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਮੈਂ ਕਦੀ ਪੜ੍ਹਿਆ ਵੀ ਨਹੀਂ, ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਉੱਥੇ ਗੁਰੂ ਸਾਹਿਬ ਨੇ ਮੈਨੂੰ ਪੜ੍ਹਾਉਣ ਲਈ ਲਾਤਾ, ਉਹ ਵੀ ਸਿੱਖ ਧਰਮ ਦੇ ਫਲਸਫੇ ਦੀ ਸਾਂਝ ਪਾਉਣ ਲਈ ਉਹਨਾਂ ਦੀ, ਹੈ ਨਾ। ਅਤੇ ਜਦੋਂ ਗੋਰੇ ਸੁਣਦੇ ਆ ਅਤੇ ਅੱਗੋਂ ਉਹਨਾਂ ਦੇ ਮੂੰਹ 'ਚੋਂ ਇਹੋ ਨਿਕਲਦਾ ਵਾ ਵਾਓ ਵਾਟ ਏ ਫਿਲੋਸਫੀ, ਹੈ ਨਾ। ਸੋ ਮੈਨੂੰ ਹੋਰ ਮਾਣ ਉਸ ਸਮੇਂ ਮਹਿਸੂਸ ਹੁੰਦਾ ਵਾ ਕਿ ਮੈਂ ਉਸ ਧਰਮ ਵਿੱਚ ਮੇਰਾ ਜਨਮ ਹੋਇਆ ਜਿੱਥੇ ਸਾਰਿਆਂ ਨੂੰ ਇੱਕੋ ਬਰਾਬਰ, ਸਾਰਿਆਂ ਨੂੰ ਸਨਮਾਨ ਗਲਵੱਕੜੀ 'ਚ ਲਿਆ ਜਾਂਦਾ। ਅਤੇ ਇੱਕ ਉੱਥੇ ਜਿਹੜੇ ਮੈਂ ਬਚਨ ਸਿੰਘ ਜੀ ਦੀ ਗੱਲ ਕਰ ਰਿਹਾ ਸੀ, ਉਹਨਾਂ ਨੇ ਜਦੋਂ ਆਉਣਾ ਉਹ ਸਿੱਖ ਧਰਮ ਵੱਲ ਆ ਗਏ, ਉਹਨਾਂ ਦੇ ਮਨ 'ਚ ਚਾਅ ਪੈਦਾ ਹੋਇਆ ਕਿ ਮੈਂ ਅੰਮ੍ਰਿਤ ਛਕਣਾ, ਜਿੰਨੀ ਕੁ ਮੈਨੂੰ ਸਮਾਧ ਦੇਣੀ। ਮਹਾਰਾਜ ਨੇ ਉਹਨਾਂ ਨੇ ਹਮੇਸ਼ਾ ਹਰ ਹਫ਼ਤੇ ਦੇ ਐਤਵਾਰ 'ਤੇ ਸਮਾਪਤੀ ਤੋਂ ਬਾਅਦ ਆਪਾਂ ਬੈਠ ਜਾਣਾ, ਜਿੰਨੇ ਉਹਨਾਂ ਦੇ ਮਨ 'ਚ ਸ਼ੰਕੇ ਸਵਾਲ ਹੋਣੇ ਇਤਿਹਾਸ ਪ੍ਰਤੀ ਬਾਣੀ ਪ੍ਰਤੀ, ਜਿੰਨੀ ਕੁ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਉਹਨਾਂ ਨਾਲ ਸਾਂਝ ਪਾਉਣੀ, ਉਹਨਾਂ ਦੇ ਮਨ ਦੇ ਜਿਹੜੇ ਸ਼ੰਕੇ ਸੀ ਪੂਰੇ ਕਰਨੇ। ਸੋ ਉਹਨਾਂ ਦੀ ਜਿਹੜੀ ਭਾਵਨਾ ਗੁਰੂ ਸਾਹਿਬ ਪ੍ਰਤੀ ਇੰਨੀ ਕੁ ਵੱਧ ਗਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ। ਮੈਨੂੰ ਇੱਕ ਦਿਨ ਉਹਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ, ਮੈਨੂੰ ਕਹਿੰਦੇ ਕਿ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ੍ਹਦਾ ਵਾਂ ਅਤੇ ਮੈਂ ਆਪਣੇ ਆਪ ਨੂੰ ਅੰਨਾ ਮਹਿਸੂਸ ਕਰਦਾ ਅਤੇ ਮੈਨੂੰ ਕੁਛ ਗੱਲ ਸਮਝ ਨਹੀਂ ਲੱਗੀ। ਮੈਂ ਕਿਹਾ ਅੰਨਾ ਕਾਹਤੋਂ, ਵੀ ਮੈਂ ਤੈਨੂੰ ਵੇਖ ਰਿਹਾ ਤੂੰ ਚੰਗਾ ਭਲਾ। ਅਤੇ ਉਹ ਕਹਿੰਦਾ ਕਿ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਜਿਹੜਾ ਸਿੱਖ ਆਪਣੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਪੜ੍ਹ ਸਕਦਾ ਉਹ ਅੰਨਾ ਹੀ ਆ ਅਤੇ ਮੈਂ ਅੰਨਾ ਵਾਂ। ਅਤੇ ਮੈਨੂੰ ਉਹਦੀ ਗੱਲ ਬੜੀ ਵੱਜੀ, ਵੀ ਬੜੀ ਵਜਨਦਾਰ ਲੱਗੀ ਕਿ ਕਿੰਨੇ ਸਿੱਖ ਆ, 2.5 ਕਰੋੜ ਸਿੱਖ ਆ। ਅਤੇ ਮੈਂ ਕਿਹਾ ਵੀ ਕਿੰਨੇ ਕੁ ਸਿੱਖ ਇਹ ਚੀਜ਼ ਮਹਿਸੂਸ ਕਰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਇੱਕ ਪ੍ਰੋਟੋਕੋਲ ਕਰਕੇ ਮਹਾਰਾਜ ਨੂੰ ਨਮਸਕਾਰ ਕਰਕੇ ਆ ਜਾਂਦੇ, ਕਦੀ ਉਹਨਾਂ ਦੇ ਮਨ 'ਚ ਚਾਅ ਹੀ ਨਹੀਂ ਪੈਦਾ ਹੋਇਆ ਕਿ ਮਹਾਰਾਜ ਦਰਸ਼ਨ। ਕਹਿੰਦਾ ਮੇਰੀ ਬਦਕਿਸਮਤੀ ਇਹ ਆ ਕਿ ਮੈਂ ਕ੍ਰਿਸਚਨ ਧਰਮ ਵਿੱਚ ਪੈਦਾ ਹੋਇਆ, ਪਰ ਮੇਰੀ ਖੁਸ਼ਕਿਸਮਤੀ ਇਹ ਵਾ ਕਿ ਮੈਨੂੰ ਹੁਣ ਗੁਰੂ ਨਾਨਕ ਸਾਹਿਬ ਨੇ ਆਪਣੀ ਗੋਦ ਵਿੱਚ ਬਿਠਾ ਕੇ ਮੈਨੂੰ ਸਿੱਖ ਬਣਾ ਲਿਆ। ਅਤੇ ਮੇਰਾ ਸੁਪਨਾ ਵਾ ਕਿ ਮੈਂ ਪੰਜਾਬੀ ਭਾਸ਼ਾ ਸਿੱਖ ਕੇ, ਮੈਂ ਗੁਰਬਾਣੀ ਦੀ ਸੰਥਿਆ ਲੈ ਕੇ, ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਕੇ ਪੜ੍ਹ ਸਕਾਂ, ਹੈ ਨਾ। ਸੋ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਅਤੇ ਬਹੁਤ ਵੱਡੀਆਂ ਗੱਲਾਂ। ਇੱਕ ਉੱਥੇ ਭੈਣ ਜੀ ਹੋ ਰਿਹਾ ਜੈਪ੍ਰੀਤ, ਉਹ ਇੱਥੇ ਵੀ ਆਏ ਉਹਨਾਂ ਦੇ ਨਾਲ ਹੀ, ਉਹਨਾਂ ਨੂੰ ਕਾਫੀ ਅਧਿਆਤਮਿਕ ਤੌਰ 'ਤੇ ਕਾਫੀ ਉਹਨਾਂ ਦੀ ਅਵਸਥਾ ਉੱਪਰ ਸੀ ਅਤੇ ਉਹਨਾਂ ਨੂੰ ਕੁਛ ਗੁਰੂ ਸਾਹਿਬ ਜੀ ਵੱਲੋਂ ਮਹਿਸੂਸ ਹੋਇਆ ਕਿ ਮੈਂ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤ ਛਕਣਾ ਅਤੇ ਗਗਨਦੀਪ ਸਿੰਘ ਨੇ ਤੇਰੇ ਨਾਲ ਹੋਣਾ। ਉਹਨੇ ਉੱਦਾਂ ਹੀ ਮੇਰੇ ਨਾਲ ਸਾਂਝਾ ਕੀਤਾ, ਆਪਾਂ ਫਿਰ ਉੱਥੇ ਆਏ, ਉੱਥੇ ਜਾ ਕੇ ਅੰਮ੍ਰਿਤ ਵੀ ਛੱਕ ਕੇ ਆਏ ਉਹ ਭੈਣ ਜੀ। ਉਹਨਾਂ ਦੀ ਇੱਕ ਗੱਲ, ਜਦੋਂ ਮੈਂ ਉੱਥੇ ਪ੍ਰੈਜੈਂਟੇਸ਼ਨ ਲਈ ਜਾਣਾ, ਹਮੇਸ਼ਾ ਮੇਰੇ ਨਾਲ ਜਾਂਦੇ ਸੀ ਕਿਉਂਕਿ ਉਦੋਂ ਮੇਰੇ ਤੋਂ ਗੱਡੀ ਨਹੀਂ ਹੁੰਦੀ ਅਤੇ ਹਮੇਸ਼ਾ ਆਪਾਂ ਉਹਨਾਂ ਨੇ ਮੇਰੇ ਨਾਲ ਆਪਣੀ ਗੱਡੀ ਵਿੱਚ ਲੈ ਕੇ ਜਾਣਾ, ਜਿੱਥੇ ਵੀ ਪ੍ਰੈਜੈਂਟੇਸ਼ਨ ਹੋਣੀ ਉਹਨਾਂ ਨੇ ਮੇਰੇ ਨਾਲ ਜਾਣਾ। ਉਹਨਾਂ ਕੋਲ ਹਮੇਸ਼ਾ ਇੱਕ ਨਾ ਬੈਗ ਹੁੰਦਾ ਸੀ ਅਤੇ ਕਾਫੀ ਵਾਰੀ ਮੇਰੇ ਮਨ 'ਚ ਆਇਆ ਪਰ ਮੈਂ ਕਦੀ ਪੁੱਛਿਆ ਨਹੀਂ। ਇੱਕ ਦਿਨ ਆਪਾਂ ਇੱਕ ਪੁਲਿਸ ਥਾਣੇ ਗਏ ਅਤੇ ਮੈਨੂੰ ਕਿਹਾ, ਮੇਰੇ ਨਾਲ ਚੱਲੇ ਸੀ, ਮੈਂ ਕਿਹਾ ਭੈਣ ਜੀ ਬੈਗ ਤੁਸੀਂ ਕਦੋਂ ਚੁੱਕੀ ਫਿਰਦੇ ਨਾਲ, ਵੀ ਗੱਡੀ 'ਚ ਰਹਿਣ ਦਿਉ। ਕਹਿੰਦੀ ਨਹੀਂ 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 ਨਹੀਂ, ਬੜੀ ਮਤਲਬ ਇੱਦਾਂ ਮੈਨੂੰ ਝੰਝੋੜ ਕੇ ਜੇ, ਵੀ ਨਹੀਂ ਨਹੀਂ ਇੱਦਾਂ ਨਹੀਂ ਹੋ ਸਕਦਾ। ਮੈਂ ਕਿਹਾ ਕਿਉਂ, ਬੈਗ ਹੀ ਆ, ਗੱਡੀ 'ਚ ਰਹਿਣ ਦਿਉ, ਵੀ ਜ਼ਰੂਰ ਭਾਰ ਚੁੱਕ ਕੇ ਖੜਨਾ। ਕਹਿੰਦੀ ਨਹੀਂ ਨਹੀਂ ਨਹੀਂ, ਬੈਗ 'ਚ ਤੁਹਾਨੂੰ ਪਤਾ ਕੀ ਆ, ਕਹਿੰਦੀ ਇਹਦੇ 'ਚ ਨਿਤਨੇਮ ਸਾਹਿਬ ਦੀਆਂ ਪੋਥੀਆਂ ਵਾ। ਅਤੇ ਮੈਂ ਕਿਹਾ ਹਾਂ ਫਿਰ ਕੀ ਆ, ਗੱਡੀ 'ਚ ਰਹਿਣ ਦੇ। ਅਤੇ ਕਹਿੰਦੀ ਜੇ ਗੱਡੀ ਚੋਰੀ ਹੋ ਗਈ ਫਿਰ, ਵੀ ਪੋਥੀ ਸਾਹਿਬ ਦੀ ਬੇਅਦਬੀ ਹੋਊਗੀ। ਮੈਨੂੰ, ਮੈਂ ਸੱਚੀ ਉਹਦੇ ਅੱਗੇ ਸਿਰ ਝੁੱਕਿਆ, ਪਰ ਮੇਰੇ ਫਿਰ ਮਨ 'ਚ ਆਇਆ, ਮੈਂ ਕਿਹਾ ਜੇ ਤੈਨੂੰ ਇੰਨਾ ਹੀ ਤੇਰੇ ਮਨ 'ਚ ਪਿਆਰ ਆ ਜਾਂ ਸਤਿਕਾਰ ਆ ਗੁਰਬਾਣੀ ਪ੍ਰਤੀ, ਫਿਰ ਤੂੰ ਇਹਨਾਂ ਨੂੰ ਘਰ ਕਿਉਂ ਨਹੀਂ ਰੱਖ ਕੇ ਆਉਂਦੀ, ਤੂੰ ਨਾਲ ਕਾਹਤੋਂ ਚੱਕੀ ਫਿਰਦੀ, ਹੈ ਨਾ। ਅਤੇ ਮੈਨੂੰ ਕਹਿੰਦੀ ਮੈਂ ਘਰੇ ਕਿੱਦਾਂ ਰੱਖਦਾ, ਕਹਿੰਦੀ ਜੇ ਘਰੇ ਮੈਂ ਰੱਖੂੰਗੀ, ਮੈਂ ਇਹਨਾਂ ਨੂੰ ਉੱਥੇ ਰੱਖਦੀ ਜਿਹੜਾ ਮੇਰੀ ਘਰ ਦਾ ਸਭ ਤੋਂ ਸੋਹਣੀ ਜਗ੍ਹਾ ਵਾ, ਅਤੇ ਜਿਹੜੇ ਚੋਰ ਹੁੰਦੇ ਆ ਜੇ ਕਿਤੇ ਚੋਰ ਘਰ 'ਚ ਆ ਜਾਏ, ਉਹਨੇ ਪਹਿਲਾਂ ਹੀ ਉਹਦਾ ਧਿਆਨ ਉੱਥੇ ਪੈਣਾ ਅਤੇ ਉਹਨੇ ਉੱਧਰ ਜਾਣਾ, ਅਤੇ ਉਹਨੂੰ ਉਹ ਜੇ ਕੁਛ ਫੋਲਦਾ ਹੋਇਆ ਜੇ ਪੋਤੀ ਸਾਹਿਬ ਨੂੰ ਥੱਲੇ ਸੁੱਟ ਦੇ ਅਤੇ ਪੋਤੀ ਸਾਹਿਬ ਦੀ ਬੇਅਦਬੀ ਹੋਊਗੀ। ਕਹਿੰਦੀ ਇਸ ਕਰਕੇ ਮੈਂ ਘਰ ਨਹੀਂ ਰੱਖ ਸਕਦੀ। ਅਤੇ ਕਹਿੰਦੀ ਜੇ ਇੱਕ ਕਾਰਨ ਹੋਰ ਵੀ ਹੋ ਸਕਦਾ, ਜੇ ਕਿਤੇ ਘਰ ਨੂੰ ਅੱਗ ਲੱਗ ਜਾਏ ਤਾਂ ਪੋਤੀ ਸਾਹਿਬ ਦੀ ਬੇਅਦਬੀ ਹੋ ਜੂਗੀ।
ਅਤੇ ਕਹਿੰਦੀ ਮੈਂ ਇਹਨਾਂ ਨੂੰ ਤਾਂ ਹੀ ਕੋਲ ਰੱਖਦੀ ਹਾਂ ਜਦੋਂ ਮੈਨੂੰ ਕੁਛ ਹੋਵੇ ਉਦੋਂ ਹੀ ਇਹਨੂੰ ਕੁਛ ਹੋਵੇ, ਇਹ ਨਾ ਹੋਵੇ ਕਿ ਇਹਨਾਂ ਨੂੰ ਕੁਛ ਹੋ ਜਾਵੇ ਅਤੇ ਮੈਂ ਚੰਗੀ ਭਲੀ ਜੀਂਦੀ ਹੋਵਾਂ। ਅਤੇ ਸੱਚੀ ਮੈਂ ਉਹਦੇ ਅੱਗੇ ਉਦੋਂ ਸਿਰ ਝੁੱਕ ਗਿਆ ਮੇਰਾ। ਮੈਨੂੰ ਲੱਗਾ ਨਹੀਂ ਕਿ ਮੈਂ ਕਦੀ ਵੀ ਕਿਸੇ ਸਿੱਖ ਨੂੰ ਮਿਲਿਆ ਹੋਵਾਂ ਜਿਹਦੀ ਇੰਨੀ ਉੱਚੀ ਭਾਵਨਾ ਹੋਵੇ ਗੁਰਬਾਣੀ ਪ੍ਰਤੀ। ਕਹਿੰਦੀ ਤੂੰ ਆਪ ਹੀ ਤਾਂ ਮੈਨੂੰ ਕਹਿੰਦਾ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਅਤੇ ਮੈਨੂੰ ਉਦੋਂ ਲੱਗਾ ਵੀ ਮੈਂ ਕਹਿਣ ਵਾਲਿਆਂ 'ਚ ਹਾਂ ਅਤੇ ਉਹ ਮੰਨਣ ਵਾਲਿਆਂ 'ਚ। ਸੋ ਇੱਕ ਸਮਾਂ ਬਹੁਤ ਹੋ ਗਿਆ ਮੈਂ ਇੱਥੇ ਗੁਰੂ ਸਾਹਿਬ ਦੀਆਂ ਇੱਦਾਂ ਦੀਆਂ ਬਹੁਤ ਬਾਤਾਂ ਜਿਹੜੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ, ਪਰ ਉਹਦੇ ਸਮੇਂ ਵਿੱਚੋਂ ਮੈਂ ਆਖਰੀ ਬੇਨਤੀ ਕਰਨੀ ਕਿ ਆਪਾਂ ਪੰਜਾਬੀ ਭਾਸ਼ਾ ਤੋਂ ਦੂਰ ਨਾ ਹੋਈਏ। ਇਹ ਸਾਡੀ ਪਹਿਚਾਣ ਆ। ਜਿੱਦਾਂ ਕਤਲਾਨ ਲੋਕ ਆ ਉਹ ਆਪਣੀ ਭਾਸ਼ਾ ਨੂੰ ਪਿਆਰ ਕਰਦੇ, ਸੋ ਅਸੀਂ ਵੀ ਉਸੇ ਤਰ੍ਹਾਂ ਆਪਣੀ ਭਾਸ਼ਾ ਨਾਲ ਜੁੜੀਏ। ਇਹ ਸਾਡੀ ਪਹਿਚਾਣ ਆ, ਇਹਦੇ ਨਾਲ ਹੀ ਸਾਡੀ ਬੁਨਿਆਦ ਆ। ਜੇ ਅਸੀਂ ਪੰਜਾਬੀ ਪੜ੍ਹਾਂਗੇ ਅਸੀਂ ਤਾਂ ਹੀ ਆਪਣੇ ਬੱਚਿਆਂ ਨੂੰ ਗਾਂ ਗੁਰਬਾਣੀ ਪੜ੍ਹਾ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਸਕਦੇ ਹਾਂ। ਜੇ ਅਸੀਂ ਆਪਣੀ ਭਾਸ਼ਾ ਤੋਂ ਦੂਰ ਹੋ ਗਏ, ਆਪਣੀ ਮਾਂ ਤੋਂ ਦੂਰ ਹੋ ਗਏ, ਸਾਨੂੰ ਮਾਸੀਆਂ ਚਾਚੀਆਂ ਨੇ ਗਾਂ ਜਾ ਕੇ ਕਿਤੇ ਨਹੀਂ ਪੁੱਛਣਾ। ਇਹ ਸਾਡੀ ਹਣ ਦੀ ਸੋਚ ਆ। ਸੋ ਕਈ ਵਾਰੀ ਇੱਕ ਸਾਡੀ ਸੋਚ ਬਣੀ ਹੁੰਦੀ ਕਿ ਅੰਗਰੇਜ਼ੀ ਬੋਲਣਾ ਵਧੀਆ ਗੱਲ ਆ, ਪਰ ਅੰਗਰੇਜ਼ੀ ਉੱਥੇ ਬੋਲੀਏ ਜਿੱਥੇ ਅੰਗਰੇਜ਼ੀ ਦੀ ਲੋੜ ਆ। ਅਸੀਂ ਆਪਸ ਵਿੱਚ ਵੀ ਮਿਲਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੀ ਥਾਂ 'ਤੇ ਆਪਾਂ ਹਾਏ, ਗੁੱਡ ਮੋਰਨਿੰਗ, ਕਿਆ ਹੈ ਕਿਆ ਉਹ ਇੱਕ ਹੁਣ ਹੋਰ ਨਵਾਂ ਚੱਲ ਪਿਆ ਕੰਮ ਇੱਥੇ ਪਿਛਲੇ ਕੁਛ ਸਾਲਾਂ ਤੋਂ ਹਿੰਦੀ ਵਾਲਾ, ਚੰਗਾ ਭਲਾ ਸਰਦਾਰ ਦੇਖੂ ਉਹ ਹਿੰਦੀ ਬੋਲਣ ਦੇ ਆਉਂਦਾ। ਬੜਾ ਮਨ ਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਆਪਣੀ ਕੋ ਭਾਸ਼ਾ ਛੱਡ ਕੇ ਤੁਸੀਂ ਹਿੰਦੀ ਬੋਲੀ ਜਾ ਰਹੀ। ਹਿੰਦੀ ਬੋਲੋ ਜਦੋਂ ਤੁਸੀਂ ਬੰਬੇ ਜਾਂਦੇ ਹਾਂ, ਕਲਕੱਤੇ ਜਾਂਦੇ ਹਾਂ, ਕੇਰਲਾ ਜਾਂਦੇ ਹਾਂ, ਪਰ ਜੇ ਤੁਸੀਂ ਪੰਜਾਬ 'ਚ ਰਹਿ ਕੇ ਆਪਸ ਵਿੱਚ ਹੀ ਬੋਲੀ ਜਾਂਦੇ ਹਾਂ, ਮੈਨੂੰ ਲੱਗ ਰਿਹਾ ਅਸੀਂ ਕਿਤੇ ਨਾ ਕਿਤੇ ਗਦਾਰੀ ਕਰ ਰਹੇ ਹਾਂ। ਸੋ ਆਪਣੀ ਭਾਸ਼ਾ ਨਾਲ ਪਿਆਰ ਕਰਨਾ, ਇਹਦੇ ਵਿੱਚ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ 'ਚ ਪੰਜਾਬੀ ਭਾਸ਼ਾ ਜ਼ਰੂਰ ਬੋਲੋ, ਕਿਉਂਕਿ ਜੇ ਅਸੀਂ ਦੂਰ ਹੁੰਦੇ ਗਏ, ਮੈਂ ਕਦੀ ਲੱਗਦਾ ਕਿ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਉਹ ਬਿਲਕੁਲ 100% ਪੰਜਾਬੀ ਦੇ ਸ਼ਬਦ ਵਰਤਦੇ ਸੀ। ਜਿਹੜੇ ਸਾਡੇ ਪਿਤਾ ਸੀਗੇ ਉਹਨਾਂ ਦੀ ਉਮਰ ਦੇ ਉਹ ਵਿੱਚੋਂ 20% ਅੰਗਰੇਜ਼ੀ ਬੋਲਣ ਦੇ ਪਏ। ਜਿੱਦਾਂ ਬੇਟਾ ਲਾਈਟ ਔਫ ਕਰ ਦਿਉ, ਬੇਟਾ ਪੰਜਾਬੀ 'ਚ ਆ, ਲਾਈਟ ਵੀ ਅੰਗਰੇਜ਼ੀ ਆ ਅਤੇ ਔਫ ਵੀ ਅੰਗਰੇਜ਼ੀ। ਸਾਡੀ ਆਦਤ ਬਣਦੀ ਜਾਂਦੀ ਹੈ ਪਰ ਆਪਾਂ ਨੂੰ ਸਮਝ ਨਹੀਂ ਆਉਂਦੀ। ਸੋ ਇਹ ਬਹੁਤ ਜ਼ਰੂਰੀ ਆ। ਕਿਤੇ ਵੀ ਦੁਕਾਨਾਂ 'ਤੇ ਜਾਈਏ, ਕਿਤੇ ਵੀ ਹਰ ਥਾਂ 'ਤੇ ਅੰਗਰੇਜ਼ੀ ਬੋਲੀ ਜਾਂਦੀ ਹੈ ਨਾ। ਮੈਂ ਪਿਛਲੀ ਕਾਨਫਰੰਸ ਵਿੱਚ ਵੀ ਇੱਕ ਗੱਲ ਸਾਂਝੀ ਕੀਤੀ ਸੀ। ਅੰਮ੍ਰਿਤਸਰ ਸਾਹਿਬ ਹੀ ਮੈਂ ਇੱਕ ਸਟੋਰ 'ਤੇ ਗਿਆ ਅਤੇ ਭੈਣ ਜੀ ਮੈਨੂੰ ਕਹਿੰਦੀ ਹੈਲੋ ਸਰ, ਗੁੱਡ ਈਵਨਿੰਗ। ਮੈਂ ਕਿਹਾ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਹ ਅੱਗੋਂ ਹੱਸਣ ਦੇ ਪਈ ਅਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ, ਦੁੱਖ ਜਿਹਾ ਵੀ ਮੈਂ ਫਤਿਹ ਬੁਲਾਈ ਆ ਉਹਨੂੰ, ਤੂੰ ਵੀ ਗੁਰੂ ਗੋਬਿੰਦ ਸਿੰਘ ਦੀ ਧੀ ਆ, ਸਿੱਖਾਂ ਦੀ ਧੀ ਆ, ਅਤੇ ਮੈਂ ਤੈਨੂੰ ਫਤਿਹ ਬੁਲਾਉਣ ਤੋਂ ਤੂੰ ਹੱਸ ਰਹੀ ਮੇਰੇ 'ਤੇ। ਮੈਂ ਉਹਨੂੰ ਕਿਹਾ ਭੈਣ ਜੀ ਕੁਛ ਮੈਂ ਗਲਤੀ ਕਰਤੀ ਜਾਂ ਤੁਹਾਨੂੰ ਕੁਛ ਗਲਤ ਕਿਹਾ? ਕਹਿੰਦੀ ਨੋ ਨੋ, ਇਟਸ ਓਕੇ ਇਟਸ ਓਕੇ। ਮੈਂ ਕਿਹਾ ਵੀ ਮੈਨੂੰ ਲੱਗਣ ਦਿਆ ਮੈਂ ਅੰਮ੍ਰਿਤਸਰ ਸਾਹਿਬ ਨਹੀਂ, ਮੈਂ ਲੰਡਨ 'ਚ ਆਇਆ ਵਾਂ, ਮੈਨੂੰ ਅੱਗੋਂ ਮੈਂ ਪੰਜਾਬੀ 'ਚ ਗੱਲ ਕਰ ਰਿਹਾ ਤਾਂ ਮੈਨੂੰ ਅੱਗੋਂ ਇੰਗਲਿਸ਼ ਜਵਾਬ ਦੇ ਰਹੀ ਆ। ਫਿਰ ਜਾ ਕੇ ਦੂਜੇ ਜਿਹੜੇ ਉਹਦੇ ਨਾਲ ਦੇ ਸੀਗੇ ਸਾਥੀ, ਉਹਨਾਂ ਲੱਗੇ ਹੱਸਣ ਜਿਹਾ ਦੇ ਪਈ। ਅਤੇ ਮੈਂ ਕਿਹਾ, ਫਿਰ ਆਈ ਮੇਰੇ ਕੋਲ, ਮੈਨੂੰ ਕਹਿੰਦੀ ਸਰ ਮੇ ਆਈ ਹੈਲਪ ਯੂ? ਅਤੇ ਮੈਂ ਕਿਹਾ ਭੈਣ ਜੀ ਸਾਰਾ ਕੁਛ ਮੇਰੇ ਉੱਤੋਂ ਦੀ ਲੰਘੀ ਜਾ ਰਿਹਾ ਵਾ, ਅਤੇ ਮੈਨੂੰ ਕਿਰਪਾ ਕਰਕੇ ਪੰਜਾਬੀ ਦੱਸੋ ਜੋ ਤੁਸੀਂ ਕਹਿਣਾ ਚਾਹ ਰਹੇ ਹੋ। ਉਹ ਫਿਰ ਹੱਸਣ ਜਿਹਾ ਲੱਗੀ। ਫਿਰ ਮੈਂ ਕਿਹਾ ਭੈਣ ਜੀ ਇਹਦੇ 'ਚ ਮੈਨੂੰ ਦੁੱਖ ਹੋ ਰਿਹਾ ਕਿ ਤੁਸੀਂ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰ ਰਹੇ, ਹਿੰਦੀ 'ਚ ਗੱਲ ਕਰ ਰਹੇ ਹਾਂ, ਪਰ ਜਿਹੜੀ ਪੰਜਾਬੀ ਭਾਸ਼ਾ ਨੂੰ ਛੱਡ ਕੇ, ਮੈਂ ਕਿਹਾ ਭਾਸ਼ਾ ਤੁਹਾਨੂੰ ਤਿੰਨ ਆਉਂਦੀਆਂ ਵਾਂ, ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ 7 ਆਉਂਦੀਆਂ ਵਾਂ, ਪਰ ਇੱਕ ਸਿੱਖ ਜਦੋਂ ਸਿੱਖ ਨੂੰ ਮਿਲੇ, ਇੱਕ ਪੰਜਾਬੀ ਜਦੋਂ ਪੰਜਾਬੀ ਨੂੰ ਮਿਲੇ, ਉਹ ਪੰਜਾਬੀ 'ਚ ਹੀ ਗੱਲ ਕਰੇ। ਜਦੋਂ ਆਪਾਂ ਹੋਰ ਦੇਸ਼ਾਂ 'ਚ ਜਾਈਏ ਜਿੱਥੇ ਸਾਡੀ ਲੋੜ ਆ, ਅਸੀਂ ਉਹ ਭਾਸ਼ਾ ਬੋਲੀਏ। ਸੋ ਇੱਥੇ ਹੀ ਮੈਂ ਖਿਮਾ ਦਾ ਜਾਚਕ ਹੋਵਾਂਗਾ। ਮੇਰੇ ਕੋਲੋਂ ਬੋਲਦਿਆਂ ਮੇਰੀ ਮੱਤ ਬਹੁਤ ਥੋੜ੍ਹੀ ਹੈ, ਮੈਂ ਕਦੀ ਇੱਦਾਂ ਆਪਣੇ ਭਾਈਚਾਰੇ ਵਿੱਚ ਕਦੀ ਨਹੀਂ ਬੋਲਿਆ, ਮੇਰਾ ਮੈਨੂੰ ਨਾ ਹੀ ਇੰਨਾ ਤਜਰਬਾ ਵਾ। ਸੋ ਕਿਸੇ ਵੀ ਤਰ੍ਹਾਂ ਦਾ ਮੇਰੇ ਕੋਈ ਸ਼ਬਦ ਵੱਧ ਘੱਟ ਗਿਆ ਹੋਵੇ, ਆਪ ਸਭ ਜੀ ਬਹੁਤ ਸਤਿਕਾਰਯੋਗ ਹੋ, ਬਖਸ਼ਣਯੋਗ ਹੋ, ਅਸੀਸ ਭਰੀ ਫਤਿਹ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Thank you.
Thank you.